ਪਨੀਰੀ ਵਾਲਾ ਥਾਂ ਵਾਹੁਣ ਡਿਆ ਅਤੇ ਹੱਲਾਂ ਸਾਡੇ ਕੋਲ ਅਜੇ ਪਈਆਂ, ਇਹਨੇ ਹੱਲਾਂ ਤੇ ਜਿੱਥੇ ਪਾਈ ਦੀ ਉੱਥੋਂ ਲੇਕਾਂ ਸਮੇਤ ਹੀ ਪੁੱਟ ਦਿੱਤੀਆਂ। ਅੱਛਾ ਜੀ, ਉਹ ਤੋੜੀਆਂ ਪਈਆਂ ਵਾ, ਉਹ ਅਜੇ ਟੁੱਟੀਆਂ ਪਈਆਂ। ਚੱਲ ਦਿਖਾਇਓ ਪਹਿਲਾਂ, ਆ ਜਾਓ, ਚਲੋ ਉੱਧਰ ਨੂੰ ਚੱਲਦੇ ਹਾਂ। ਆਹ ਤੋੜਿਆ ਹੋਇਆ ਜੀ? ਹਾਂਜੀ, ਇਹ ਹੁੱਕਾਂ ਹੀ ਪੁੱਟ ਕੇ ਲੈ ਗਿਆ। ਅੱਛਾ ਜੀ, ਆਹ ਵੀ ਪੱਟਤੀ ਵੀ ਜ਼ੋਰ ਇੰਨਾ। ਫਿਰ ਕਲਟੀਵੇਟਰ ਕਿਹੜੇ ਗੇਅਰ 'ਚ ਚਲਾਉਣੇ ਹੁੰਦੇ ਆ ਜੀ ਇਸ 'ਤੇ? ਫਿਰ ਅਸੀਂ ਇਹ ਪੰਜਵੇਂ 'ਚ ਵੀ ਚਲਾਇਆ ਜੇ। ਅੱਛਾ ਵੀ ਸਾਰੇ ਗੇਅਰ ਲਾ ਕੇ ਦੇਖ ਲਏ, ਪੰਜਵੇਂ 'ਚ ਚਲਾਇਆ, ਫਰਕ ਇਹਨੂੰ ਕੋਈ ਨਹੀਂ ਪਿਆ। ਅੱਛਾ ਜੀ, ਹਾਂਜੀ, ਇੰਜਨ ਨੂੰ ਇੰਜਨ ਨਹੀਂ ਚੱਕਰ ਛੱਡਦਾ। ਠੀਕ ਹੈ, ਹਾਂਜੀ, ਕਈ ਹੁੰਦੇ ਨਾ ਵੀ ਓਵਰਲੋਡ ਚਲਾ ਦੇ, ਉਹ ਚੱਕਰ ਛੱਡੂਗਾ। ਹਾਂਜੀ ਹਾਂਜੀ, ਹਾਂ, ਟਾਇਰ ਛੋਟੇ ਕਰਕੇ ਸਲਿਪ ਜੂ ਕੱਢਦਾ ਤੇਰਾ ਲਾਂ ਦੇ। ਕੋਈ ਲਾਈਫ ਕਿੰਨੀ ਰਹੂਗੀ ਇਸ ਟਰੈਕਟਰ ਦੀ ਜੇ ਦੇਖੀਏ? ਪਰ ਮੇਰੀ ਲੰਘ ਜਾਣੀ, ਉਹ ਮੈਨੂੰ ਜਾਪਦੀ, ਉਹ ਮੇਰੇ ਮੈਨੂੰ ਨਹੀਂ ਲੋੜ ਪੈਣੀ। ਅੱਛਾ ਜੀ, ਕਿਉਂਕਿ ਨਾ ਹੀ ਇਹ ਕੰਮ ਕਰਨਾ ਗਾ ਨਵਾਂ ਪੁਰਾਣੇ ਦਾ। ਅੱਛਾ ਜੀ, ਇਹੋ ਜਿੰਨਾ ਚਿਰ ਰਹੂਗਾ ਇਹੋ ਹੀ ਰਹੂਗਾ, ਕਿਉਂਕਿ ਇਹਨੇ ਮੇਰੇ ਸਾਲ ਦੇ ਵਿੱਚ ਕੋਈ ਦੱਸੋ ਇਹਦੀ ਕਿਤੇ ਕੋਈ ਜਾਪਦਾ ਹੀ ਨਹੀਂਗਾ, ਅਰੇ ਸਾਡੀ ਸਾਹਮਣੇ ਹੈਗੀ ਬੰਦਿਆਂ ਦੇ ਹੱਥਾਂ 'ਚ ਰਹਿੰਦਾ। ਕੀ ਹਾਲ ਹੈ ਵੀ ਸੱਜਣੋ, ਇਸ ਵਕਤ ਆਪਾਂ ਖੜੇ ਹਾਂ ਪਿੰਡ ਮੱਧੂ ਸ਼ਾਂਗਾ ਅਜਨਾਲਾ ਦੇ ਨੇੜੇ, ਸੋਲਿਸ 50-15 ਟਰੈਕਟਰ ਦੀ ਵੀਡੀਓ ਲੈ ਕੇ ਆਏ ਹਾਂ ਨਾਲ ਆਪਣੇ ਸਰਦਾਰ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਨਾਮ ਜੀ? ਹਰਕੀਰਤ ਸਿੰਘ ਜੀ। ਹਰਕੀਰਤ ਸਿੰਘ। ਠੀਕ ਹੈ ਜੀ, ਕਿੰਨਾ ਕੁ ਟਾਈਮ ਹੋ ਗਿਆ ਜੀ ਟਰੈਕਟਰ ਲੈਣ ਨੂੰ? ਇਸ ਨੂੰ ਜੀ ਇੱਕ ਸਾਲ ਹੋ ਗਿਆ ਲੈਣ ਨੂੰ। ਇੱਕ ਸਾਲ ਜੀ? ਹਾਂਜੀ। ਅਤੇ ਇੱਕ ਸਾਲ ਦੇ ਵਿੱਚ ਕੀ ਰਹੀ ਪਰਫੋਰਮੈਂਸ ਜੀ ਇਹਦੀ? ਮੈਂ ਦੇਖੋ ਜੀ, ਟਰੈਕਟਰ ਆਪਾਂ ਟਰੈਕਟਰਾਂ ਦਾ ਪਹਿਲਾਂ ਕੰਮ ਕਰਦੇ ਹਾਂ, ਬੱਚੇ ਚਲੋ ਡਿਊਟੀਆਂ ਕਰਦੇ ਆ, ਨੌਕਰੀਆਂ ਕਰਦੇ ਆ। ਹਾਂਜੀ, ਟਰੈਕਟਰਾਂ ਕੰਮ ਛੱਡ ਦਿੱਤਾ ਸੀ, ਫਿਰ ਸਾਡੇ ਕੋਲ ਪਹਿਲਾਂ ਅਸੀਂ ਸੋਨਾਲੀਕਾ ਸੀ, ਸੋਨਾਲੀਕਾ ਤੋਂ ਸਵਰਾਜ ਲਿਆ। ਹਾਂਜੀ, ਸਵਰਾਜ ਤੋਂ ਅਸੀਂ ਮੈਸੀ ਵਿੱਚ ਦੇ ਕੇ ਅਤੇ ਫਿਰ ਇਹ ਲਿਆ। ਅੱਛਾ ਜੀ, ਇੱਕ ਹੈਗਾ ਇਹ ਮਤਲਬ 50 ਵਿੱਚ ਆ ਜਾਂਦਾ, ਅਤੇ ਦੂਸਰਾ ਆਪਾਂ ਹੱਲਾਂ 13 ਪਾਈਆਂ ਇਹਦੇ ਤੋਂ। ਅੱਛਾ ਜੀ, ਅਤੇ ਹੱਲਾਂ ਵੀ ਅਸੀਂ ਬਿਨਾਂ ਜੈਕ ਤੋਂ ਚਲਾਈਆਂ। ਹਾਂਜੀ, ਸਾਡੇ ਕੋਲ ਵੀਡੀਓ ਵੀ ਹੋਣੀ ਆ, ਬਿਨਾਂ ਜੈਕ ਤੋਂ ਅਸੀਂ ਚੌਥੇ ਲੋਹ ਦੇ ਵਿੱਚ ਇਹਨੂੰ ਚਲਾਇਆ, ਫੁੱਲ ਮਤਲਬ ਜੈਕ ਪੂਰਾ ਖੋਲ੍ਹ ਕੇ। ਅੱਛਾ ਜੀ, ਹਾਂਜੀ, ਫਿਰ ਅਸੀਂ ਪਨੀਰੀ ਵਾਲਾ ਥਾਂ ਸਭ ਤੋਂ ਸਖਤ ਹੁੰਦਾ। ਹਾਂਜੀ, ਅਖੀਰ 'ਤੇ ਪਨੀਰੀ ਵਾਲਾ ਥਾਂ ਵਾਹੁਣ ਡਿਆ ਅਤੇ ਹੱਲਾਂ ਸਾਡੇ ਕੋਲ ਅਜੇ ਪਈਆਂ, ਇਹਨੇ ਹੱਲਾਂ 'ਤੇ ਜਿੱਥੇ ਪਾਈ ਦੀ ਉੱਥੋਂ ਲੇਕਾਂ ਸਮੇਤ ਹੀ ਪੁੱਟ ਦਿੱਤੀਆਂ। ਅੱਛਾ ਜੀ, ਉਹ ਤੋੜੀਆਂ ਪਈਆਂ ਵਾ, ਉਹ ਅਜੇ ਟੁੱਟੀਆਂ ਪਈਆਂ। ਦਿਖਾਇਓ ਪਹਿਲਾਂ, ਆ ਜਾਓ, ਚਲੋ ਉੱਧਰ ਨੂੰ ਚੱਲਦੇ ਹਾਂ। ਅੱਛਾ ਜੀ, ਫਿਰ ਉਸ ਤਰ੍ਹਾਂ ਬਾਕੀ ਸਾਰੇ ਬਾਗ ਵੇਖੇ ਆ, ਸਵਰਾਜ ਦੀ ਜਿਹੜਾ ਖੱਪ ਜ਼ਿਆਦਾ ਅਤੇ ਤੇਲ ਖਰਚਾ ਜ਼ਿਆਦਾ। ਹਾਂਜੀ, ਅਤੇ ਉਹਦਾ ਜ਼ਿਆਦਾ ਇਸ ਤਰ੍ਹਾਂ ਬੜਾ ਜ਼ੋਰ ਲਾਉਂਦਾ, ਪਰ ਇਹਦਾ ਵੇਖਿਆ ਟਰੈਕਟਰ ਨਾ ਤਾਂ ਗੁੰਮ ਹੁੰਦਾ। ਹਾਂਜੀ, ਅਤੇ ਨਾ ਹੀ ਇੰਨੀ ਖੱਪ ਹੈ ਇਹਦੀ, ਅਤੇ ਤੇਲ ਖਰਚਾ ਵੀ ਬਹੁਤ ਜ਼ਿਆਦਾ ਘੱਟ ਹੈ। ਮੈਸੀ ਦੇ ਬਰਾਬਰੀ ਵੈਸੇ ਚੱਲਿਆ ਸਾਡੇ, 52-10 ਮੈਸੀ ਵੇਚਿਆ ਸੀ। ਆਹ ਤੋੜਿਆ ਹੋਇਆ? ਹਾਂਜੀ, ਇਹ ਹੁੱਕਾਂ ਹੀ ਪੁੱਟ ਕੇ ਲੈ ਗਿਆ। ਅੱਛਾ ਜੀ, ਆਹ ਵੀ ਪੱਟਤੀ ਵੀ ਜ਼ੋਰ ਇੰਨਾ ਵੀ, ਪਹਿਲਾਂ ਵਾਲੇ ਟਰੈਕਟਰ ਵੀ ਇਹਨਾਂ ਹੱਲਾਂ ਦੇ ਚੱਲਦੇ ਸੀ, ਅਤੇ 36-30 ਮਗਰ ਬਣਾਈਆਂ ਸੀ ਆਪਾਂ। ਅੱਛਾ ਜੀ, ਹਾਂਜੀ, 36-30 ਨੇ ਕੋਈ ਨਹੀਂ ਟੁੱਟੀਆਂ, ਅਤੇ ਪਰ ਇਹਨੇ ਪਨੀਰੀ ਵਾਲਾ ਥਾਂ ਸਕਤੀ, ਉਹਦੇ 'ਚ ਪਨੀਰੀ ਵਾਲੀ ਥਾਂ 'ਚ ਇਹਨੇ ਹੱਲਾਂ ਤੋੜੀਆਂ, ਨਾਲੇ ਸਪਰਿੰਗਾਂ ਵਾਲੇ ਸਪਰਿੰਗ 2-3 ਵਾਰੀ ਪਾਲੇ, ਫਿਰ ਸਪਰਿੰਗ ਵੀ ਤੋੜ ਕੇ ਅੰਦਰ ਵੀ ਪਏ ਆ, ਜਿਹੜੇ ਪੁੱਟੀ ਦਿੰਦਾ ਸਾਈਡਾਂ ਵਾਲੇ ਸਪਰਿੰਗ ਹੱਲਾਂ ਵੱਜ ਕੇ ਘੋੜੀਆਂ ਵਿੰਗ ਮਤਲਬ। ਅੱਛਾ ਜੀ, ਉਂਗੀਆਂ ਕਰਤੀਆਂ ਨੇ ਸਾਰੀਆਂ। ਠੀਕ ਹੈ ਜੀ, ਹਾਂਜੀ, ਤੁਸੀਂ ਚਲੋ ਤੁਸੀਂ ਕਹਿੰਦੇ ਤੁਸੀਂ ਤਾਂ ਚਲੋ ਕੰਮ ਵੀ ਕਰਦੇ ਰਹੇ ਹੋ ਨਾ ਟਰੈਕਟਰਾਂ ਦਾ। ਹਾਂਜੀ, ਤੁਹਾਨੂੰ ਫਿਰ ਇਹਦਾ ਫਿਰ ਕੀ ਲੱਗਦਾ ਵੀ ਇਹਦੇ ਵਿੱਚ ਇੰਨਾ ਜ਼ੋਰ ਕਿਵੇਂ ਪੈ ਗਿਆ ਵੀ ਉਹੀ 50 HP ਵਾਲਾ ਟਰੈਕਟਰ ਹੈ ਨਾ? ਪਤਾ ਨਹੀਂ, ਕੋਈ ਹੈ ਸਪੈਸ਼ਲ ਚੀਜ਼ ਹੀ ਆ, ਕੋਈ ਹੈ ਤਾਂ ਸੋਨਾਲੀਕਾ ਲੈਂਦੇ ਹੀ ਆ। ਹਾਂਜੀ, ਪਰ ਇਹ 'ਚ ਕੋਈ ਸਪੈਸ਼ਲ ਚੀਜ਼ ਆ, ਸੋਨਾਲੀਕਾ ਵੀ ਸਾਡੇ ਭਤੀਜੇ ਕੋਲ ਹੈਗਾ। ਹਾਂਜੀ, ਪਰ ਨਹੀਂ ਉਹਦੇ ਇਹਦੇ ਬਰਾਬਰ ਨਹੀਂ ਹੈਗਾ, ਉਹ ਵੀ 50 ਹੀ ਆ। ਠੀਕ ਹੈ ਜੀ, ਹਾਂਜੀ, ਇੱਕ ਤਾਂ ਉਹਦੇ 4 ਸਿਲੰਡਰ ਆ, ਹਾਂਜੀ, ਤੇਲ ਦਾ ਖਰਚਾ ਵੱਧ ਆ। ਹਾਂਜੀ, ਇਹ ਹੈ 3 ਸਿਲੰਡਰ ਆ, ਅਤੇ ਬਹੁਤ ਖਰਚਾ ਮੈਸੀ ਦਾ, ਅਸੀਂ ਮੈਸੀ ਦਾ ਘੱਟ ਆ, ਅਤੇ ਵੀ ਸੋਨਾਲੀਕਾ ਖਰਚਾ ਵੱਧ ਆ, ਪਹਿਲਾਂ ਡਰਦੇ ਹਾਂ, ਪਰ ਇਹ ਨਹੀਂ, ਮੈਸੀ ਦੇ ਬਰਾਬਰ ਹੀ ਚੱਲਿਆ, ਅਤੇ ਪਰ ਪਾਵਰ ਉਹ ਮੈਸੀ ਨਾਲੋਂ ਦੂਣੀ ਆ, ਦੁੱਗਣੀ ਦੁੱਗਣੀ ਆ। ਅੱਛਾ ਜੀ, ਹੁਣ ਜਿਵੇਂ ਤੁਸੀਂ ਆ ਕਲਟੀਵੇਟਰ ਦੇ ਚਲਾਉਂਦੇ ਹੋ, ਕੀ ਐਵਰੇਜ ਆਉਂਦੀ ਜਾਂ ਘੰਟੇ ਦੀ ਲੱਗੀ ਜੀ ਜਾਂ ਕਿੱਲੇ ਦੀ? ਇੰਨਾ ਵੇਖ ਸਾਨੂੰ ਪਤਾ, ਕਿਉਂਕਿ ਟਰੈਕਟਰ ਦਾ ਤੁਹਾਨੂੰ ਸਮਝ ਚਾਹਦਾ ਵੀ ਮੰਨ ਲਾ ਵੀ ਐਵਰੇਜ ਕੱਢੀ, ਐਵਰੇਜ ਇੰਨਾ ਸਾਨੂੰ ਅੰਦਾਜ਼ਾ ਵੀ ਟੈਂਚੀ ਦੇ ਟਰੈਕਟਰ ਦੂਜੇ ਟਰੈਕਟਰਾਂ ਨਾਲ ਚਲਾਉਂਦੇ ਹਾਂ ਨਾ। ਹਾਂਜੀ, ਇਹਦੀ ਐਵਰੇਜ ਸਵਰਾਜ ਨਾਲੋਂ ਮੰਨ ਲਾ ਵੀ ਅੱਧੋ ਅੱਧਾ ਫਰਕ ਹੈ। ਅੱਛਾ ਜੀ, ਸੋਨਾਲੀਕਾ ਨਾਲੋਂ ਅਤੇ ਸਵਰਾਜ ਨਾਲੋਂ।
ਠੀਕ ਹੈ। ਹਜੇ ਕੱਢੀ ਨਹੀਂ ਤੁਸੀਂ ਕੋਈ ਐਵਰੇਜ? ਵੈਸੇ ਨਹੀਂ, ਐਵਰੇਜ ਨਹੀਂ ਕੱਢੀ ਜੀ ਹੈਗੀ, ਪਰ ਇਹਨੇ ਉਸ ਤਰ੍ਹਾਂ ਅੰਦਾਜ਼ੇ ਤਾਂ ਸਾਨੂੰ ਪਤਾ ਤੇਲ ਤੇ ਪਾਉਂਦੇ ਹੀ ਰਹਿੰਦੇ ਆ, ਕਿਉਂਕਿ ਉਹ 19 ਆਪਾਂ ਜ਼ਮੀਨ ਪਹਿਲਾਂ ਵਾਹੁਣੇ ਬੀਜ ਦੇ ਹੁੰਦੇ, ਜ਼ਮੀਨ ਤੋਂ ਹੀ ਵਾਹੁੰਦੇ ਆ, ਪਰ ਇਹਦਾ ਤੇਲ ਦਾ ਖਰਚਾ ਬਹੁਤ ਘੱਟ ਆ। ਹਾਂ ਵੀ ਉਹ 'ਚ ਪਤਾ ਲੱਗ ਜਾਂਦਾ ਵੀ ਡੀਜ਼ਲ ਕਿੰਨਾ ਕੁ ਬਚ ਗਿਆ ਆਪਾਂ, ਕਿੰਨਾ ਪਹਿਲਾਂ ਲਿਆਂਦਾ ਸੀ। ਪਹਿਲਾਂ ਜਦੋਂ ਲਿਆਂਦਾ ਸੀ ਤੇ ਸਾਰੇ ਆਖਣ ਡਿਆ ਵੀ ਲੈ ਤੇ ਸੋਨਾ ਲੀਕਾ ਹੀ ਆਏ ਜੇ। ਅੱਛਾ ਜੀ। ਤੇ ਮੈਸੀ ਜਿੰਨਾ ਸਾਡਾ ਵਗਦਾ ਮੈਸੀ ਦਾ ਖਰਚਾ ਬਹੁਤ ਘੱਟ ਸੀ। ਹਾਂਜੀ, ਬਸ ਉਹਦੀ ਰਿਪੇਅਰ ਥੋੜ੍ਹੀ ਜ਼ਿਆਦਾ ਹੁੰਦਾ ਵੀ ਪੁਰਾਣਾ ਹੋਣ ਕਰਕੇ, ਠੀਕ ਹੈ, ਖਲਾਰਾ ਮਤਲਬ ਜ਼ਿਆਦਾ ਸੀ ਸਾਡੇ ਕੋਲ। ਹਾਂਜੀ। ਤੇ ਫਿਰ ਅਸੀਂ ਉਹਨੂੰ ਫਿਰ ਅਸੀਂ ਆਖਿਆ ਸੀਜ਼ਨ ਤੋਂ ਪਹਿਲਾਂ ਅਸੀਂ ਬਦਲਿਆ ਸੀ। ਅੱਛਾ ਜੀ। ਤੇ ਦੂਸਰਾ ਸੀਜ਼ਨ ਲਾਇਆ ਦੇਣਾ। ਕਿੰਨੇ ਕਿੰਨੀ ਖੇਤੀ ਕਰਦੇ ਹੋ ਜੀ ਇਸ ਟਰੈਕਟਰ ਨਾਲ? 40 ਕਿੱਲੇ। 40 ਕਿੱਲੇ? ਹਾਂਜੀ। ਤੇ ਫਿਰ ਲੱਗਦਾ ਨਹੀਂ ਵੱਡਾ ਲੈ ਲੈਣਾ ਜੀ, 50 HP ਲਿਆ ਜਾਂ 60 ਲੈ ਲੈਂਦੇ ਜਾਂ? ਉਹ ਵੀ 13 ਖਿੱਚਣੀਆਂ, ਇਹਨੇ ਵੀ 13 ਖਿੱਚਣੀਆਂ, ਸਾਨੂੰ ਤਾਂ ਹੱਲਾਣਾ ਮਤਲਬ ਆ। ਅੱਛਾ ਜੀ। ਹਾਂਜੀ, ਬਾਕੀ ਰੋਟਾਵੇਟਰ ਬਾਕੀ ਅਸੀਂ ਦੂਜਾ ਹੈਵੀ ਸੀਡਰ ਵੀ ਚਲਾ ਕੇ ਵੇਖਿਆ, ਸਭ ਕੁਝ ਵਧੀਆ ਚੱਲਣ ਡਿਆ। ਠੀਕ ਹੈ। 8 ਫੁੱਟ ਦਾ ਰੋਟਾਵੇਟਰ ਵੀ ਚਲਾ ਕੇ ਵੇਖਿਆ, ਹੱਲਾਂ 13 ਪਾਈਆਂ, ਅਸੀਂ ਰੱਖੀਆਂ ਵੀ 13 ਹੀ ਆ। ਹਾਂਜੀ। ਜੇ ਜਿੱਥੇ 13 ਤੋੜ ਦਿੰਦਾ ਤੇ 11 ਕਿਉਂ ਨਾ ਤੋੜੂਗਾ? ਬਿਲਕੁਲ ਜੀ। ਹਾਂਜੀ। ਤੇ ਬਾਕੀ ਜਦੋਂ ਤੁਸੀਂ ਖਰੀਦਿਆ ਸੀ ਜੀ, ਉਦੋਂ ਕੀ ਪਹਿਲਾਂ ਕੋਈ ਡੈਮੋ ਲਿਆ ਜਾਂ ਵੈਸੇ ਦੇਖਿਆ ਕਿਸੇ ਦਾ ਟਰੈਕਟਰ ਜਾਂ ਕਿਵੇਂ ਖਰੀਦਿਆ? ਨਹੀਂ, ਅਸੀਂ ਪਹਿਲੀ ਸਿੱਟੇ ਲਿਆ ਸੀ, ਸਾਨੂੰ ਇਹ ਮਨ ਨੂੰ ਲੱਗਾ ਕਿਉਂਕਿ ਸਾਰੇ ਚਲਾਏ ਸੀ। ਅੱਛਾ ਜੀ। ਤੇ ਵੈਸੇ ਵੀ ਕੋਈ ਸੋਨਾਲੀਕਾ ਨਾਲੋਂ ਸਪੈਸ਼ਲ ਚੀਜ਼ ਲੱਗੀ ਸਾਨੂੰ। ਅੱਛਾ ਜੀ। ਤੇ ਸਾਨੂੰ ਕੁਝ ਮਤਲਬ ਸਾਡੇ ਵੈਸੇ ਦਿਲ ਨੂੰ ਜੇ ਲੱਗਾ ਤਾਂ ਅਸੀਂ ਲੈ ਲਿਆ, ਪਰ ਨਹੀਂ ਸਾਡੇ ਸਹੀ ਦਿਲ ਨੂੰ ਲੱਗਾ ਸੀ ਬਾਅਦ 'ਚ ਵੀ, ਮਤਲਬ ਵੀ ਸਾਨੂੰ ਇਹਨੇ ਭੁਲਾ ਤੇ ਟਰੈਕਟਰ ਸਾਰੇ। ਠੀਕ ਹੈ ਜੀ। ਹਾਂਜੀ। ਜਿਵੇਂ ਤੁਸੀਂ ਇੱਕ ਮਕੈਨਿਕ ਦਾ ਵੀ ਕੰਮ ਕੀਤਾ, ਮਕੈਨੀਕਲੀ ਗੱਲ ਕਰਕੇ ਇਹਦੇ ਵਿੱਚ ਤੁਹਾਨੂੰ ਕੀ ਕਿਹੜੀ ਚੀਜ਼ ਵਧੀਆ ਲੱਗਦੀ ਹੈ ਜੀ? ਇਹਦੇ 'ਚ ਵੇਖੋ ਜੀ, ਵੱਡੀ ਗੱਲ ਤਾਂ ਇਹੋ ਹੀ ਆ ਵੀ ਆਪਾਂ ਰੋਟਾਵੇਟਰ 'ਚ ਵੀ ਕਈ ਟਰੈਕਟਰ ਸਲਿੱਪ ਕੱਢ ਜਾਂਦੇ ਕਲੱਚ ਪਲੇਟਾਂ। ਹਾਂਜੀ। ਇਹਦੇ 'ਚ ਕੋਈ ਕਲੱਚ ਪਲੇਟ ਦੀ ਸਲਿੱਪ ਨਹੀਂ ਆਈ, ਕੋਈ ਇਹਦਾ ਗੁੰਮ ਨਹੀਂ ਹੁੰਦਾ, ਤੀਜੇ 'ਚ ਦੂਜਾ ਸੋਨਾਲੀਕਾ 50 4 ਸਿਲੰਡਰ ਆ। ਹਾਂਜੀ। ਉਹ ਵੀ ਉਨਾ ਹੀ ਕੰਮ ਕਰਨ ਡਿਆ, ਇਹ ਵੀ ਉਨਾ ਹੀ ਕਰਨ ਡਿਆ, ਹੈ 3 ਸਿਲੰਡਰ ਇਹਦੀ ਐਵਰੇਜ, ਉਹਦੇ ਨਾਲੋਂ ਮਤਲਬ ਦੂਣੀ ਆ। ਹਾਂਜੀ। ਫਰਕ ਕਿਆ ਹੋਏਗਾ ਜੀ ਇਹਦਾ? ਬਿਲਕੁਲ ਜੀ। ਹਾਂਜੀ। ਤੇ ਬਾਕੀ ਇਹ ਟਰੈਕਟਰ ਦੀ ਜਿਵੇਂ ਲੈਫਟ ਕਪੈਸਿਟੀ ਦੀ ਜੇ ਗੱਲ ਕਰੀਏ, ਉਹ 'ਚ ਤੁਹਾਨੂੰ ਕਿਵੇਂ ਲੱਗਦਾ? ਨਹੀਂ, ਕੋਈ ਲੈਫਟ ਲੈਫਟ ਲਿਫਟ ਤਾਂ ਚਲੋ ਆਮ ਹੀ ਹੈ ਸੋਨਾਲੀਕਾ ਜਿੰਨੀ ਪਾਵਰ ਇਹਦੀ। ਹਾਂਜੀ। ਅਤੇ ਮਤਲਬ ਕੋਈ ਇਹਨੇ ਲਿਫਟ ਲੁਫਟ ਤਾਂ ਸਾਨੂੰ ਕੋਈ ਕੰਪਲੇਂਟ ਨਹੀਂ ਹੈਗੀ, ਨਾ ਕੋਈ ਟਰਾਲੀਆਂ ਵੀ ਜੈਕ ਕਰੀਆਂ ਕਰਦੇ ਹਾਂ, ਖਲੋਤੀ ਆ। ਅੱਛਾ ਜੀ। ਪਰ ਨਹੀਂ ਕੋਈ ਟਰਾਲੀ ਕੋਈ ਸਾਨੂੰ ਲਿਫਟ ਤਾਂ ਨਹੀਂ ਕੋਈ ਹੈਗੀ। ਠੀਕ ਹੈ ਜੀ। ਹਾਂਜੀ। ਅਤੇ ਇੱਕ ਇੱਕ ਜੀ ਹੋਰ ਚੀਜ਼ ਹੁੰਦੀ ਹੈ ਜਿਹੜਾ ਆਪਣਾ ਜਦੋਂ ਆਪਾਂ ਰੋਡ 'ਤੇ ਜਾਂਦੇ ਹਾਂ, ਗੇਅਰ ਜੇ ਸ਼ਿਫਟ ਕਰਨਾ ਵਾ, ਉਹ ਕਿਵੇਂ ਲੱਗਦੀ ਗੇਅਰ ਸ਼ਿਫਟਿੰਗ ਇਹਦੀ ਜੀ? ਗੇਅਰ ਤਾਂ ਵੈਸੇ ਇਹਦਾ ਵੈਸੇ ਜਿਸ ਤਰ੍ਹਾਂ ਇਹਨੇ ਗੇਅਰ ਜ਼ਿਆਦਾ ਦੇ ਛੱਡੇ ਨਾ ਵੈਸੇ। ਹਾਂਜੀ। ਇਹਦੇ ਗੇਅਰਾਂ ਦੀ ਵੱਡੀ ਇਹੋ ਹੈਗੀ ਵੀ ਇਹ ਓਵਰਲੋਡ ਨਹੀਂ ਜੇ ਚੱਲਦਾ ਗੇਅਰਾਂ ਕਰਕੇ, ਕਿਉਂਕਿ ਜਿਸ ਤਰ੍ਹਾਂ ਮਤਲਬ ਹੱਥ ਦੇ 3 ਸਪੀਡ ਟਰੈਕਟਰ ਇਸ ਤਰ੍ਹਾਂ, ਉਹ ਜਿੰਨੇ ਕੁ ਲੋਡ ਮੁਤਾਬਿਕ ਆਪਾਂ ਗੇਅਰ ਪਾ ਲੈਂਦੇ, ਇੰਜਨ ਨੂੰ ਤਾਂ ਹੀ ਫਰਕ ਨਹੀਂ ਕੋਈ ਪੈਂਦਾ। ਅੱਛਾ ਜੀ। ਹਾਂਜੀ। ਜਿਸ ਤਰ੍ਹਾਂ ਮੰਨ ਲਓ ਸਾਨੂੰ ਜ਼ਿਆਦਾ ਹੀ ਅਸੀਂ ਮਤਲਬ ਲੋਡ ਪਾਉਣਾ, ਉਹਨਾਂ ਗੇਅਰ ਛੋਟਾ ਕਰ ਲਈਏ, ਇਹਦੇ ਖਾਸ ਚੱਕਰਾਂ 'ਚ ਹੌਲੀ ਹੌਲੀ ਚੱਕਰਾਂ 'ਚ ਫਰਕ ਪੈਂਦਾ, ਇੱਕਦਮ ਨਹੀਂ ਜਿੱਦਾਂ ਵੀ ਤੀਜੇ ਗੇੜਾ 'ਚ ਇੱਕਦਮ ਓਵਰਲੋਡ ਚੱਲ ਪੈਣਾ, ਉਹ ਨਹੀਂ ਇਹ 'ਚ ਫਰਕ ਹੈਗਾ। ਹਾਂਜੀ ਹਾਂਜੀ ਹਾਂਜੀ। ਕਿਉਂਕਿ ਥੋੜ੍ਹਾ ਥੋੜ੍ਹਾ ਗੇਅਰਾਂ 'ਚ ਫਰਕ ਪਾਇਆ ਇਹਨਾਂ। ਠੀਕ ਹੈ। ਹਾਂਜੀ, ਉਹ ਇਹਦੀ ਤਾਂ ਹੀ ਐਵਰੇਜ ਦੀ ਵੱਧ ਦੇਣ ਡਿਆ ਮੇਰੇ ਹਿਸਾਬ ਨਾਲ, ਅਤੇ ਕਿਉਂਕਿ ਗੇਅਰਾਂ 'ਚ ਓਵਰਲੋਡ ਤਾਂ ਹੁੰਦਾ ਨਹੀਂ ਗਾ। ਹਾਂਜੀ ਹਾਂਜੀ ਹਾਂਜੀ। ਅੰਡਰਲੋਡ ਹੀ ਚੱਲੀ ਜਾਂਦਾ। ਹਾਂ, ਬਸ ਵਧੀਆ ਚੱਲੀ ਜਾਂਦਾ, ਜੋ ਹਾਈ 'ਚ ਵੀ ਪਹਿਲੇ ਜਿੱਦਾਂ ਤੋਰੀ ਦਾ ਨਾਰਮਲ ਜਿਹਾ ਤੁਰਦਾ। ਅੱਛਾ ਜੀ। ਹਾਂਜੀ। ਅਤੇ ਫਿਰ ਕਲਟੀਵੇਟਰ ਕਿਹੜੇ ਗੇਅਰ 'ਚ ਚਲਾਉਣੇ ਹੁੰਦੇ ਆ ਜੀ ਇਸ 'ਤੇ ਫਿਰ? ਅਸੀਂ ਜੇ 5ਵੇਂ 'ਚ ਵੀ ਚਲਾਇਆ ਜੇ। ਅੱਛਾ ਵੀ ਸਾਰੇ ਗੇਅਰ ਲਾ ਕੇ ਦੇਖ ਲਏ ਆ? ਲੈ 5ਵੇਂ 'ਚ ਚਲਾਇਆ, ਫਰਕ ਇਹਨੂੰ ਕੋਈ ਨਹੀਂ ਪਿਆ। ਅੱਛਾ ਜੀ। ਹਾਂਜੀ, ਇੰਜਨ ਨੂੰ ਇੰਜਨ ਨਹੀਂ ਚੱਕਰ ਛੱਡਦਾ। ਠੀਕ ਹੈ। ਹਾਂਜੀ, ਕਈ ਹੁੰਦੇ ਨਾ ਵੀ ਓਵਰਲੋਡ ਚਲਾ ਦਿਓ ਚੱਕਰ ਛੱਡੂਗਾ। ਹਾਂਜੀ ਹਾਂਜੀ। ਹਾਂ, ਟਾਇਰ ਛੋਟੇ ਕਰਕੇ ਸਲਿੱਪ ਜੂ ਕੱਢਦਾ 13 ਲਾਂਦੇ। ਠੀਕ ਹੈ। ਬਾਕੀ ਮੈਂ ਕੰਪਨੀ ਨੂੰ ਵੀਡੀਓ ਵੀ ਪਾਈ ਸੀ। ਅੱਛਾ ਜੀ। ਅਸੀਂ 5ਵੇਂ 'ਚ ਵੀ ਇਹਨੂੰ ਮਾਰੀਆਂ ਸੀ ਮਤਲਬ 13 ਲਾਂ। ਹਾਂਜੀ। ਅਤੇ ਬਿਨਾਂ ਚੈੱਕ ਛੱਡੀ 5ਵੇਂ 'ਚ ਵੀ ਮਤਲਬ ਪੂਰਾ ਜ਼ੋਰ ਖਾਂਦਾ, ਬਸ ਸਲਿੱਪ ਕੱਟੀ ਜਾਂਦਾ। ਸਲਿੱਪ ਦਾ ਤਾਂ ਉਹਦਾ ਹੱਲ ਇਹ ਹੋ ਜੂ, ਵੇਟ ਲੱਗ ਜਾਣਗੇ ਜੀ। ਵੇਟ ਤਾਂ ਚਲੋ ਠੀਕ ਹੈ, ਉਹ ਤਾਂ ਜੇ ਅਸੀਂ ਪੁੱਠੇ ਕੰਮ ਕਰਨੇ, ਸਲਿੱਪ 'ਤੇ ਸਲਿੱਪ ਕੱਢਣਾ ਹੀ ਕੱਢਣਾ। ਹਾਂਜੀ ਹਾਂਜੀ। ਵੇਟ ਵੀ ਲਾਏ ਨੂੰ ਤਾਂ ਵੀ ਕੱਢਣਾ ਜੀ। ਸਹੀ ਗੱਲ ਆ ਜੀ। ਗੱਲ ਹੁੰਦੀ ਇੰਜਨ ਦੀ। ਹਾਂਜੀ। ਇੰਜਨ ਵਾਲੋਂ ਇਹਦੀ ਕੋਈ ਕੰਪਲੇਂਟ ਨਹੀਂ ਜੀ।
ਠੀਕ ਹੈ, ਗੱਲ ਇੰਜ ਜਾਂਦੀ ਆ ਸਲਿੱਪ ਤੇ ਜੋ ਜਿੰਨਾ ਮਗਰ ਲੋਡ ਪਾਈ ਜਾਓਗੇ ਜੇ ਗਾਹ ਨਾ ਤੁਰੂ ਇਹਨੇ ਸਲਿੱਪ ਕੱਢਣਾ, ਸਲਿੱਪ ਕੱਢਣਾ ਹਾਂਜੀ ਹਾਂਜੀ, ਜਾਂ ਇੰਜਨ ਮਰੇ ਉਹ ਫਿਰ ਹੁੰਦਾ ਵੀ ਹਾਂ ਵੀ ਮਰਦਾ ਇੰਜਨ, ਹੈ ਨਾ, ਇੰਜਨ ਦਾ ਨਹੀਂ, ਇੰਜਨ ਦੇ ਲੋਕ ਕੋਈ ਇਹਦੀ ਕੰਪਲੇਂਟ ਨਹੀਂ ਹੈਗੀ, ਨਾ ਇਹਦੀ ਲੀਕਿੰਗ ਹੈਗੀ ਜੀ। ਅੱਛਾ ਜੀ, ਹਾਂਜੀ ਲੀਕਿੰਗ ਵੀ ਹੈ ਨਹੀਂ ਜੀ, ਠੀਕ ਹੈ, ਜਿਸ ਤਰ੍ਹਾਂ ਪਹਿਲਾਂ ਮੈਸੀ ਦੀ ਸੁਣੀ ਤਾਂ ਲੀਕਿੰਗ ਇੰਨੀ ਹੈਗੀ, ਹਾਂਜੀ ਹਾਂਜੀ, ਅਸੀਂ ਤਾਂ ਮੈਸੀ ਵੀ ਚਲਾ ਕੇ ਵੇਖਿਆ, ਮੈਸੀ ਨੂੰ ਮੈਂ ਦੋ ਤਿੰਨ ਵਾਰੀ ਚਲਾ, ਦੋ ਤਿੰਨ ਵਾਰੀ ਵੇਚੇ ਨੇ। ਅੱਛਾ ਜੀ, ਮਤਲਬ ਘਰ ਚਲਾ ਚਲਾ ਕੇ ਵੇਚ ਦਿੰਦੇ ਹਾਂ ਅਸੀਂ, ਠੀਕ ਹੈ, ਅਤੇ ਪਰ ਨਹੀਂ ਸਾਨੂੰ ਬੜੀ ਵਧੀਆ ਚੀਜ਼ ਲੱਗੀ ਆ, ਵਧੀਆ ਮਤਲਬ ਹੈਗਾ। ਤੁਸੀਂ ਹੁਣ ਸਾਲ ਚਲਾ ਲਿਆ, ਸਾਲ ਦੇ ਵਿੱਚ ਪਤਾ ਲੱਗ ਜਾਂਦਾ ਪੂਰਾ, ਵੈਸੇ ਤੋਂ ਅਸੀਂ ਤਾਂ ਮਕੈਨਿਕ ਤੁਹਾਨੂੰ ਤਾਂ ਵੈਸੇ ਹੀ ਪਤਾ ਲੱਗ ਜਾਂਦਾ ਵੀ ਲਾਈਫ ਕਿੰਨੀ ਰਹੂਗੀ ਇਸ ਟਰੈਕਟਰ ਦੀ ਜੇ ਦੇਖੀਏ। ਪਰ ਮੇਰੀ ਲੰਘ ਜਾਣੀ, ਮੈਨੂੰ ਜਾਪਦੀ ਮੇਰੇ, ਮੈਨੂੰ ਨਹੀਂ ਲੋੜ ਪੈਣੀ। ਅੱਛਾ ਜੀ, ਕਿਉਂਕਿ ਨਾ ਹੀ ਇਹ ਕੰਮ ਕਰਨਾ ਗਾ ਨਵਾਂ ਪੁਰਾਣੇ ਦਾ। ਅੱਛਾ ਜੀ, ਇਹੋ ਜਿੰਨਾ ਚਿਰ ਰਹੂਗਾ ਇਹੋ ਹੀ ਰਹੂਗਾ, ਕਿਉਂਕਿ ਇਹਨੇ ਮੇਰੇ ਸਾਲ ਦੇ ਵਿੱਚ ਕੋਈ ਦੱਸੋ ਇਹਦੀ ਕਿਤੇ ਕੋਈ ਜਾਪਦਾ ਹੀ ਨਹੀਂ ਗਾ, ਅਰੇ ਸਾਡੀ ਸਾਹਮਣੇ ਹੈਗੀ ਬੰਦਿਆਂ ਦੇ ਹੱਥਾਂ 'ਚ ਰਹਿੰਦਾ। ਠੀਕ ਹੈ ਜੀ, ਠੀਕ ਨਹੀਂ, ਚਲਾਉਂਦੇ ਬੰਦੇ ਹੀ ਆ। ਹਾਂਜੀ, ਅਤੇ ਮਤਲਬ ਕੋਈ ਐਡੀ ਸਾਹਮਣੇ ਸਾਡੀ ਹੈਗੀ, ਧੋਣਾ ਹੀ ਟਾਕੀ ਵੀ ਅਸੀਂ ਹੱਥ ਸੀਜ਼ਨ ਲਵਾ ਕੇ ਅਤੇ ਬਸ ਧੋਆ ਹੀ ਦੇਣਾ, ਪਰ ਟਾਕੀ ਟੂਕੀ ਮਾਰਨ ਵਾਲੇ ਸਾਡੇ 'ਚ ਨਹੀਂ ਚਾਹੂਗਾ। ਅੱਛਾ ਜੀ, ਹਾਂਜੀ ਬਿਲਕੁਲ, ਬਾਕੀ ਲੀਕਿੰਗ ਲੂੰਗੀ ਨਹੀਂ ਹੈਗੀ ਕੋਈ ਵੀ। ਇੰਨੇ ਟਾਈਮ 'ਚ ਤਾਂ ਬਹੁਤ ਪਤਾ ਲੱਗ ਜਾਂਦਾ ਟਰੈਕਟਰ ਦਾ, ਹਰ ਇੱਕ ਚੀਜ਼ ਦਾ ਪਤਾ ਲੱਗ ਜਾਂਦਾ। ਕੋਈ ਨਾ ਕੋਈ ਲੀਕਿੰਗ ਆਉਂਦੀ ਆ, ਮਤਲਬ ਕੋਈ ਨਹੀਂ, ਸਾਡੇ ਮਾੜਾ ਮਾਮੂਲੀ ਜਿਹਾ ਕੋਈ ਪਰਲੇ ਸੈਂਸਰ ਜੀ ਦੀ ਟੂੰ ਟੂੰ ਕਰੀ ਜਾਂਦਾ ਸੀ। ਅੱਛਾ ਜੀ, ਉਹ ਉਸ ਵੇਲੇ ਮਾੜਾ ਕੰਪਨੀ ਫੋਨ ਕੀਤਾ, ਜਾ ਕੇ ਕੱਢ ਗਈ ਆ। ਠੀਕ ਹੈ, ਅਤੇ ਇਹੋ ਚੀਜ਼ਾਂ ਹੁੰਦੀਆਂ ਕੰਪਨੀ ਮਗਰ ਫੇਰਾ ਮਾਰੇ ਤੇ, ਮਗਰ ਕੰਪਨੀ ਦੀ ਸਰਵਿਸ ਵਧੀਆ ਹੈਗੀ, ਸਰਵਿਸ ਵਧੀਆ। ਠੀਕ ਹੈ, ਅਤੇ ਬਾਕੀ ਪਲੇਟਫਾਰਮ ਬਹੁਤ ਖੁੱਲ੍ਹਾ ਹੈਗਾ ਜੀ ਇਹਦਾ, ਹੈ ਨਾ। ਹਾਂਜੀ, ਇਹਦੇ ਵੱਡੀ ਜਿਹੜੀ ਥਕਾਵਟ ਨਹੀਂ ਹੁੰਦੀ। ਅੱਛਾ ਜੀ, ਹਾਂਜੀ, ਇਹਦੇ 'ਚ ਜਿਹੜੇ 'ਤੇ ਥਾਂ ਲੱਤਾਂ ਲਮਕਾ ਕੇ ਬਹੀਦਾ ਨਾ, ਹਾਂਜੀ, ਉਹਦੇ 'ਚ ਪੈਂਦਾ ਫਰਕ ਹੈ। ਇਹਦੇ 'ਚ ਬਰਾਬਰ ਜੇ ਇਹਦੇ ਨਾਰਮਲ ਜਿਹਾ ਇਸ ਤਰ੍ਹਾਂ ਕੁਰਸੀ 'ਤੇ ਬੈਠਣਾ ਬੈਠਾ ਹੁੰਦਾ, ਨਾਰਮਲ ਜਿਹਾ ਪਲੇਟਫਾਰਮ ਦਾ ਬਹੁਤ ਹੈਗਾ ਫਰਕ ਇਹਦਾ। ਬਿਲਕੁਲ, ਹਾਂਜੀ, ਅਤੇ ਬਾਕੀ ਜਿਹੜਾ ਇਹਦਾ ਪਾਵਰ ਸਟੇਅਰਿੰਗ ਹੈ ਜੀ, ਉਹ ਕਿਵੇਂ ਲੱਗਦਾ? ਨਹੀਂ ਠੀਕ ਹੈ, ਪਾਵਰ ਸਟੇਅਰਿੰਗ ਤਾਂ ਚਲੋ, ਹਾਂਜੀ, ਉਹ ਤਾਂ ਬਿਲਕੁਲ ਵਧੀਆ, ਜੇ ਤਾਂ ਉਹ ਆਮ ਟਰੈਕਟਰ ਸਾਰਿਆਂ ਦੀ ਹੁੰਦੀ ਹੈ, ਮਤਲਬ ਗੱਲ ਕਰੀ ਹੋਰ ਕੋਈ ਕੰਪਲੇਂਟ ਨਹੀਂ ਹੈਗੀ। ਠੀਕ ਹੈ ਜੀ, ਵਧੀਆ ਚੱਲਦਾ ਸਾਰਾ। ਠੀਕ ਹੈ, ਹਾਂਜੀ, ਅੱਗੇ ਇੱਕ ਇਹਦੀ ਇਹ ਖੂਬੀ ਹੈਗੀ, ਅੱਗੇ ਵੇਟ ਵੂਟ ਇੰਨਾ ਖਾਸ ਨਹੀਂ, ਉੱਠਦਾ ਨਹੀਂ, ਵੇਟ ਦਾ ਵੈਸੇ ਕੁਦਰਤੀ ਚੁੱਲ੍ਹਾ ਇੰਨਾ ਭਾਰਾ। ਹਾਂਜੀ, ਇਹ ਉੱਠਦਾ ਵੀ ਅੱਗੋਂ ਘੱਟ ਆ, ਘੱਟ ਉੱਠਦਾ। ਹਾਂਜੀ, ਅਜੇ ਵੇਟ ਲੋਕ ਬੰਪਰ ਲਾਉਂਦੇ, ਕਈ ਕੋਲ ਲਾਉਂਦੇ, ਇਹਦੇ ਲੋੜ ਨਹੀਂ ਪਈ। ਠੀਕ ਹੈ ਜੀ, ਹਾਂਜੀ, ਅਤੇ ਬਾਕੀ ਹੁਣ ਤੁਸੀਂ ਤਾਂ ਤਕਰੀਬਨ ਸਾਰੇ ਇੰਪਲੀਮੈਂਟ 'ਤੇ ਚਲਾ ਕੇ ਦੇਖ ਲਿਆ, ਹੈ ਨਾ ਜੀ? ਹਾਂਜੀ ਹਾਂਜੀ, ਜਿਹੜਾ ਆਪਾਂ ਨੂੰ ਜਿਹੜਾ ਆਮ ਖੇਤੀ 'ਚ ਆਪਾਂ ਜਿੰਨਾ ਕੰਮ ਲੈਣਾ ਸਾਰੇ ਕਰਕੇ ਵੇਖਿਆ, ਰੂਟਾਵੇਟਰ ਸਾਡੇ ਕੋਲ ਹੈਗਾ ਸੀ, 8 ਫੁੱਟ ਜਿਹਾ ਰੂਟਾਵੇਟਰ, ਉੱਤੇ ਡਰਿੱਲ ਲੱਗੀ ਸੀ। ਅੱਛਾ ਜੀ, ਉਹ ਵੀ ਅਸੀਂ ਘਰੋਂ ਹੀ ਬੀਜ ਪਾ ਕੇ ਲੈ ਜਾਂਦੇ ਨੇ, ਅਤੇ ਉਹ ਜਦ ਅੱਗੇ ਛੱਟਾਂ ਦੇ ਬੰਦਾ ਖਲਾਉਣ ਦੀ ਲੋੜ ਤਾਂ ਹੁੰਦੀ ਨਹੀਂ। ਹਾਂਜੀ, ਅਤੇ ਉਹ ਵੀ ਪੂਰਾ ਭਰ ਕੇ ਡਿੱਲ ਖੜਦੇ ਰਹੇ, ਅੱਗੋਂ ਕੋਈ ਉੱਠ ਉੱਠਣ ਵਾਲੀ ਐਡੀ ਗੱਲ ਨਹੀਂ ਹੈਗੀ। ਠੀਕ ਹੈ ਜੀ, ਅੱਗੋਂ ਭਾਰ ਨਾ ਉੱਠਦੇ ਟਰੈਕਟਰ, ਨਹੀਂ ਕੋਈ ਇਹਨੂੰ ਕੋਈ ਨਹੀਂ ਹੈਗਾ, ਯਾਨੀ ਕਿ ਤੁਸੀਂ ਪਾਸ ਕਰ ਦਿੱਤਾ ਪੂਰਾ ਆਪਦੇ ਵੱਲੋਂ? ਨਹੀਂ, ਸਾਡੇ ਵਾਸਤੇ ਵਧੀਆ ਟਰੈਕਟਰ ਆ, ਅੱਗੋਂ ਆਪਣੀ ਹਰ ਇੱਕ ਦੀ ਪਸੰਦ ਹੁੰਦੀ ਆ, ਲੋਕ ਇੱਕੋ ਚੀਜ਼ ਨੂੰ ਲੈ ਜਾਂਦੇ, ਸਵਰਾਜ ਬੜੀ ਚੀਜ਼ ਆ, ਸਵਰਾਜ ਦਾ ਸਿਰ ਦਾ ਖੋਫ ਆ ਨਿਹਰਾ, ਉਹ ਤਾਂ ਚਲੋ ਜਿੰਨਾ ਉਹਨੂੰ ਹਲਾਵਾਂ ਜੀ, ਉਹਨੂੰ ਆਵਾਜ਼ ਕਰੀ ਜਾਣੀ, ਵੇਖਣਾ ਬਹੁਤ ਜ਼ੋਰ ਮਾਰਨ ਡਿਆ। ਹਾਂਜੀ, ਇਹਦੇ 'ਚ ਇੰਨਾ ਹੈਗਾ ਵੀ ਇਹਨੇ ਜਿਸ ਤਰ੍ਹਾਂ ਨਾਰਮਲ ਚੱਕਰਾਂ 'ਚ ਚੱਲਣ ਡਿਆ, ਉਸੇ ਚੱਕਰਾਂ 'ਚ ਹੀ ਰਹਿਣਾ। ਸ਼ੋਰ ਸ਼ਰਾਬਾ ਨਹੀਂ ਗਾ, ਮਤਲਬ ਬੰਦਾ ਥਕਾਵਟ ਨਹੀਂ ਇੱਥੇ ਮਹਿਸੂਸ ਹੁੰਦੀ, ਨਾ ਕੋਈ ਸਿਰ ਪੀੜੇ ਦੀ ਉਹਨਾਂ ਕੋਲ। ਠੀਕ ਹੈ ਜੀ, ਹਾਂਜੀ, ਅਤੇ ਕਿੰਨਾ ਟਾਈਮ ਲਗਾਤਾਰ ਜੇ ਚਲਾਇਆ ਹੋਵੇ, ਲਗਾਤਾਰ ਚੱਲਦਾ ਰਿਹਾ ਹੋਵੇ, ਕਿੰਨਾ ਟਾਈਮ ਜੀ? ਲਵਾਂਗੇ ਇੰਟਰਸਟ ਜਦੋਂ ਹੈਗਾ ਸੀ ਆਪਣਾ ਸੀਜ਼ਨ ਸੀ, ਜਦੋਂ ਆਪਣਾ ਐਗਰੀਕਲਚਰ ਵਿੱਚ ਕਣਕਾਂ ਦੇ ਵਿੱਚ ਤਾਂ ਸਾਡੇ ਅੱਜ ਕੱਲ੍ਹ ਸਿੱਧੀਆਂ ਪਈਆਂ ਚੱਲਦੀਆਂ, ਇੰਨਾ ਨਹੀਂ ਚੱਲਦੇ ਚੱਲਦੀਆਂ। ਹਾਂਜੀ, ਝੋਨੇ 'ਚ ਅਸੀਂ ਇਹਨੂੰ ਚਲਾਇਆ, ਵਾਹਵਾ ਚਲਾਇਆ, 12-13 ਘੰਟੇ ਲਗਾਤਾਰ ਪੈਲੀਆਂ ਪੁੱਟਦੇ ਰਹੇ ਹਾਂ। ਠੀਕ ਹੈ ਜੀ, ਹਾਂਜੀ, ਅਤੇ ਇੱਕ ਉਦੋਂ ਵੱਡੀ ਇੱਕ ਚੀਜ਼ ਹੋਰ ਪ੍ਰੋਬਲਮ ਆ ਜਾਂਦੀ ਹੁੰਦੀ ਆ ਵੀ ਕਈ ਟਰੈਕਟਰਾਂ ਦੇ ਵਿੱਚ ਵੀ ਸੇਕ ਬਹੁਤ ਵੱਜਦਾ ਵਾ। ਇਹਦਾ ਸੇਕ ਹੈ ਨਹੀਂ, ਇਹਦਾ ਬਿਲਕੁਲ ਕੋਈ ਸੇਕ ਨਹੀਂ, ਵਾਈਬ੍ਰੇਸ਼ਨ ਮਤਲਬ ਗੱਲ ਕਰੀ ਤੁਹਾਨੂੰ ਸਰ, ਬਿਲਕੁਲ ਐਂ ਸ਼ਾਂਤੀ ਨਹੀਂ ਚੱਲਦਾ, ਬੰਦਾ ਥੱਕਦਾ ਨਹੀਂ, ਭਾਵੇਂ ਸਾਰੀ ਦੇਰ ਇਕੱਲਾ ਹੀ ਚੱਲਣ ਦੇ। ਠੀਕ ਹੈ ਜੀ, ਹਾਂਜੀ, ਕਈ ਵਾਰ ਤਾਂ ਕਦੀ ਲੀਵਰ ਦੇ ਹੱਥ ਰਹਿਣਾ, ਕੋਈ ਕੋਈ ਇਸ ਰਹਿਣਾ, ਜੇ ਤੁਸੀਂ ਆਪਣੇ ਆਪ ਨਾਰਮਲ ਰਹੋਣ ਡੇ, ਜੇ ਲਿਮਿਟ 'ਚ ਰਹਿ ਗਏ, ਹਾਂਜੀ, ਇਹਦਾ ਜੈਕ ਬੰਦ ਹੋ, ਤੁਹਾਨੂੰ ਮੇਰੇ ਸਾਥ ਲੀਵਰ ਦੇ ਹੱਥ ਮਾਰਨ ਦੀ ਲੋੜ ਹੀ ਨਹੀਂ ਹੈ। ਠੀਕ ਹੈ ਜੀ, ਹਾਂਜੀ, ਕੋਈ ਮੋੜ 'ਤੇ ਕੋਈ ਗੱਲ ਨਹੀਂ, ਨਹੀਂ ਤਾਂ ਮੈਂ ਆਪਣਾ ਹੈਗਾ ਸੀ ਮੇਰੇ ਕੋਲੋਂ ਮੈਸੀ, ਜਿਹੜਾ ਮੈਸੀ ਮੈਂ ਵੇਚਤਾ ਇਸੇ ਕਰਕੇ ਸੀ,
ਉਹ ਅੱਗੋਂ ਪਤਾ ਨਹੀਂ ਗੱਲ 13 ਹਲਾਂ ਦੇ ਉੱਤੇ ਧੱਕੀ ਜਾਂਦਾ ਹੁੰਦਾ ਬੰਨੇ ਨੂੰ, ਬੰਨੇ ਵੱਲ ਨੂੰ ਜਾਣਾ ਅਤੇ ਬੰਨਾ ਢਾ ਦੇਣਾ। ਇਹਦੇ 'ਚ ਨਹੀਂ ਗਾ ਅੱਗੋਂ ਪਤਾ ਵੇਟ ਇਹਦੇ ਜ਼ਿਆਦਾ ਗਾੜੀ, ਅੱਗੋਂ ਇਹੋ ਜਿਹੀ ਕੋਈ ਇਹਦੀ ਕੰਪਲੇਂਟ ਨਹੀਂ। 13 ਹਲਾਂ 'ਤੇ ਤੁਹਾਨੂੰ ਦੱਸਿਆ ਵੀ ਆਪਾਂ ਪੂਰਾ ਇਹਦਾ ਜ਼ੋਰ ਕਰਾਇਆ, ਚਲਾਉਂਦੇ ਵੀ ਅਸੀਂ 13 ਹੀ ਰਹਿਣਾ, 13 ਹੀ ਹੈਗੀਆਂ। ਠੀਕ ਹੈ, ਕੰਪਨੀ ਰਿਕਮੈਂਡ 11 ਕਰਦੀ ਹੈ, ਕਰ ਦਿੰਦੀ ਹੈ 13 'ਤੇ ਵੀ ਸਾਨੂੰ 13 ਜੇ 11 ਕਰਨੀ ਆ ਫਿਰ ਅਲਾ ਨਵੀਆਂ ਕੋਈ ਭਾਰੀਆਂ ਬਣਵਾਏ। ਹਾਂਜੀ ਹਾਂਜੀ ਹਾਂਜੀ, ਠੀਕ ਨਹੀਂ, ਬਿਲਕੁਲ ਜੀ, ਹਾਂਜੀ ਠੀਕ ਹੈ ਜੀ, ਬਹੁਤ ਧੰਨਵਾਦ ਤੁਹਾਡਾ ਜਾਣਕਾਰੀ ਦੇਣ ਵਾਸਤੇ।